दोरागड़ा गुरदासपुर नूं सब तहसील बनाया जी, औड़ SBS नगर नूं सब तहसील बनाता है। COVID-19 महामारी दौरान कॉन्ट्रैक्ट कैरेज वाहना, धार्मिक संस्थावां दे वाहना, जिन्हां धार्मिक संस्थावां दीआं गड्डियां ते कॉन्ट्रैक्ट कैरेज वालीआं गड्डियां अते 35 सीटर तक दीआं स्टेज कैरियर बसां दे मोटर वाहनां दा टैक्स तों छूट दित्ती गई है। जिन्नी देर कोविड दे विच ओह चलीआं उहनां दे पुराने टैक्स दे बकाए आ जिहड़े ओह माफ़ कीते गए आ। स्टेट कैरेज बसां, विद्यक इदारां दीआं बसां अते धार्मिक संस्थावां दीआं बसां ते मोटर व्हीकल टैक्स तों छूट दित्ती गई है। ਇਹ ਵੀ ਅਸੀਂ ਨੋਟੀਫਿਕੇਸ਼ਨ ਕਰਤਾ ਉਹਨਾਂ ਦੇ ਪੁਰਾਣੇ ਟੈਕਸ ਕੋਵਿਡ ਦੇ ਦੌਰਾਨ ਦੇ ਮਾਫ਼ ਕੀਤੇ ਹੈ। ਰਾਜ ਦੇ ਸਾਰੇ ਕਾਲਜ ਵਿਦਿਆਰਥੀਆਂ ਨੂੰ ਮੁਫ਼ਤ ਬੱਸ, ਇਹ ਬੜਾ ਜ਼ਰੂਰੀ ਸੀ। ਜਦ ਮੈਂ ਕਾਲਜ ਦੇ ਵਿੱਚ ਪੜ੍ਹਿਆ ਤਾਂ ਸਾਨੂੰ ਪਾਸ ਮਿਲਦੇ ਸੀ, ਥੋੜ੍ਹੇ ਜਿਹੇ ਪੈਸੇ ਦੇ ਕੇ ਪਾਸ ਬਣ ਜਾਂਦਾ ਸੀ, ਬੱਸ ਦਾ ਕਿਰਾਇਆ ਨਹੀਂ ਸੀ ਲੱਗਦਾ, ਸਾਡਾ ਗੁਜ਼ਾਰਾ ਹੋ ਜਾਂਦਾ ਸੀ ਆਉਣ ਜਾਣ ਦਾ। ਹੁਣ ਉਹ ਨਹੀਂ ਹੈ ਸੀ, ਖਾਸ ਤੌਰ 'ਤੇ ਪ੍ਰਾਈਵੇਟ ਕਾਲਜਾਂ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਸੀ ਆਉਣ ਜਾਣ ਦੀ, ਉਹਨਾਂ ਨੂੰ ਬੱਸ ਪਾਸ ਨਹੀਂ ਸੀ ਹੁਣ ਜਾਰੀ ਹੁੰਦੇ, ਉਹਨਾਂ ਦਾ ਕਾਫੀ ਕਿਰਾਇਆ ਲੱਗ ਜਾਂਦਾ ਸੀ, ਬੱਸਾਂ ਮਹਿੰਗੀਆਂ ਹੋ ਗਈਆਂ। ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੰਨਾ ਵੀ ਸਟੂਡੈਂਟ ਹੈ ਕਾਲਜ ਦਾ ਯੂਨੀਵਰਸਿਟੀ ਦਾ, ਚਾਹੇ ਉਹ ਪ੍ਰਾਈਵੇਟ ਕਾਲਜ ਹੈ ਚਾਹੇ ਪ੍ਰਾਈਵੇਟ ਯੂਨੀਵਰਸਿਟੀ ਹੈ, ਚਾਹੇ ਸਰਕਾਰੀ ਕਾਲਜ ਹੈ ਚਾਹੇ ਸਰਕਾਰੀ ਯੂਨੀਵਰਸਿਟੀ ਹੈ, ਉਹਨਾਂ ਦੇ ਅਸੀਂ ਬੱਸਾਂ ਦੇ ਵਿੱਚ ਫਰੀ ਆਉਣ ਜਾਣ ਕਾਲਜ ਤੋਂ ਘਰ ਤੱਕ ਦਾ ਪ੍ਰਦਾਨ ਕਰ ਦਿੱਤਾ, ਉਹਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ। ਲੇਕਿਨ ਇਹ ਫੈਸਲਾ ਅੱਜ ਤੋਂ ਹੀ ਲਾਗੂ ਕਰ ਦਿੱਤਾ ਹੈ, ਫਿਲਹਾਲ ਉਹ ਆਪਣਾ ਆਇਡੈਂਟੀ ਕਾਰਡ ਦਿਖਾ ਕੇ ਆਉਣ ਜਾਣ ਕਰ ਸਕਦੇ ਹੈ। 31 ਮਾਰਚ ਤੱਕ ਜ਼ਰੂਰੀ ਹੋਏਗਾ ਕਿ ਉਹ ਆਪਣਾ ਬੱਸ ਪਾਸ ਬਣਾ ਲੈਣ, 3 ਮਹੀਨੇ ਬੱਸ ਪਾਸ ਬਣਾਉਣ ਨੂੰ ਦਿੱਤੇ ਹੈ ਅਤੇ ਉਦੋਂ ਤੱਕ ਉਹਨਾਂ ਦਾ ਆਉਣ ਜਾਣ ਫਰੀ। ਅਸੀਂ ਹੁਣ ਆਇਡੈਂਟੀ ਕਾਰਡ 'ਤੇ ਕਰਤਾ, ਆਪਣੀ ਯੂਨੀਵਰਸਿਟੀ ਦਾ ਆਇਡੈਂਟੀ ਕਾਰਡ ਦਿਖਾਓ, ਕਿਉਂਕਿ ਇੱਕ ਤਾਂ ਬਣਨੇ ਨਹੀਂ ਪਾਸ, ਕੋਡ ਲੱਗ ਜਾਣਾ, ਫਿਰ ਕਹਿਣਾ, ਕਈਆਂ ਨੇ ਕਹਿ ਦੇਣਾ ਜੀ ਇਹ ਤਾਂ ਉਹਨੂੰ ਐਲਾਨ ਹੀ ਕੀਤਾ ਸੀ। ਇਸ ਕਰਕੇ ਅਸੀਂ ਨੋਟੀਫਿਕੇਸ਼ਨ 'ਚ ਇਹ ਲਿਖ ਰਹੇ ਹਾਂ ਕਿ ਉਹ ਬੱਸ ਦੇ ਵਿੱਚ ਜਾ ਸਕਦੇ ਆਇਡੈਂਟੀ ਕਾਰਡ ਦਿਖਾ ਕੇ। ਮਿਊਂਸਪਲ ਸੀਮਾਵਾਂ ਤੋਂ ਬਾਹਰ ਬਣੀਆਂ ਇਕੱਲੀਆਂ ਇਮਾਰਤਾਂ ਨੂੰ ਜਿਉਂ ਦਾ ਤਿਉਂ ਨਿਯਮਤ ਕੀਤਾ ਹੈ, ਜਿਹੜੀਆਂ ਬਾਹਰ ਬਿਲਡਿੰਗਾਂ ਬਣ ਗਈਆਂ ਉਹਨਾਂ ਨੂੰ ਅਸੀਂ ਰਿਕੋਗਨਾਈਜ਼ ਕਰ ਰਹੇ ਹਾਂ। ਪੰਜਾਬ ਵਿੱਚ EWS ਹਾਊਸਿੰਗ ਸਕੀਮ 2021 ਦੇ ਤਹਿਤ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ 25,000 ਮਕਾਨ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਗਰੀਬ ਆਦਮੀ ਮਕਾਨ ਨਹੀਂ ਖਰੀਦ ਸਕਦਾ, ਇਸ ਕਰਕੇ ਅਸੀਂ 25,000 ਫਲੈਟ ਪੰਜਾਬ ਸਰਕਾਰ ਵੱਲੋਂ ਬਣਾ ਕੇ ਦੇ ਰਹੇ, ਬਹੁਤ ਹੀ ਨੋਮੀਨਲ ਰੇਟਾਂ 'ਤੇ। ਸਿਰਫ 4,000 ਰੁਪਈਆ ਉਹਨਾਂ ਦੀ ਕਿਸ ਹੋਏਗੀ ਅਤੇ ਉਹਨੂੰ ਜਿਹੜੇ ਘੱਟ ਆਮਦਨ ਵਾਲੇ ਲੋਕ ਹੈ ਉਹਨਾਂ ਨੂੰ 25,000 ਮਕਾਨ ਅਸੀਂ ਦੇ ਰਹੇ। ਜਗ੍ਹਾ ਦੀ ਸ਼ਨਾਖਤ ਹੋ ਗਈ ਹੈ, ਟੈਂਡਰ ਲੱਗ ਗਏ ਹੈ।